ਬਠਿੰਡਾ ਦੇ SSP ਨੇ ਆਉਂਦੇ ਹੀ ਮਾਰਿਆ ਇੱਕ ਵੱਡਾ ਮਾਰਗਾ, ਚੋਰੀ ਦੇ ਮੋਟਰਸਾਈਕਲਾਂ ਦਾ ਫੜਿਆ ਜ਼ਖੀਰਾ। ਅੱਜ ਬਠਿੰਡਾ ਦੇ ਵਿੱਚ ਨਵੇਂ ਆਏ SSP ਅਜੇ ਮਲੋਜਾ ਨੇ ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿਖੇ ਇੱਕ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜੋ ਪਿਛਲੇ ਦਿਨੀ ਚੋਰੀ ਮੋਟਰਸਾਈਕਲ ਹੋਏ ਸਨ ਉਹਨਾਂ ਦੇ ਵਿੱਚੋਂ 36 ਮੋਟਰਸਾਈਕਲ ਅਤੇ 2 ਐਕਟਿਵਾ ਬਰਾਮਦ ਕੀਤੀਆਂ ਗਈਆਂ ਹਨ, ਜਿਸ ਦੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਬਠਿੰਡਾ ਦੇ ਸਿਵਲ ਲਾਈਨ ਥਾਣੇ ਦੀਆਂ, ਜਿੱਥੇ 36 ਮੋਟਰਸਾਈਕਲ ਅਤੇ 2 ਐਕਟਿਵਾ ਫੜੀਆਂ ਗਈਆਂ ਹਨ। ਤੁਸੀਂ ਦੇਖ ਰਹੇ ਹੋ ਬਠਿੰਡਾ ਦੇ SSP ਇਹਨਾਂ ਦੀ ਦੇਖ ਰੇਖ ਦੇਖਦੇ ਹੋਏ। ਤੁਸੀਂ ਦੇਖ ਰਹੇ ਹੋ ਕਿ ਬਠਿੰਡਾ ਦੇ SSP ਅਜੇ ਮਲੂਜਾ ਹਜੇ ਨਵੇਂ ਨਵੇਂ ਉਹਨਾਂ ਵੱਲੋਂ ਜੁਆਇਨਿੰਗ ਕੀਤਾ ਗਿਆ ਅਤੇ ਅੱਜ ਸਿਵਲ ਲਾਈਨ ਥਾਣੇ ਵੱਲੋਂ ਇੱਕ ਵੱਡਾ ਮਾਰਕਾ ਮਾਰ ਦਿੱਤਾ ਹੈ, ਜਿੱਥੇ ਉਹਨਾਂ ਵੱਲੋਂ 36 ਮੋਟਰਸਾਈਕਲ ਵੱਖ-ਵੱਖ ਮਾਰਕਾ ਅਤੇ 2 ਐਕਟਿਵਾ ਫੜੀਆਂ ਗਈਆਂ ਹਨ, ਜਿਸ ਦੇ ਵਿੱਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। SSP ਨੇ ਨਵੀਂ ਜੁਆਇਨਿੰਗ ਆਉਣ ਸਾਰੀ ਆਪਣਾ ਇਹ ਮੋਟਰਸਾਈਕਲ ਦਾ ਇੱਕ ਜ਼ਖੀਰਾ ਬਠਿੰਡਾ ਦੇ ਵਿੱਚ ਫੜ ਲਿਆ ਅਤੇ ਇਹਨੇ ਬਠਿੰਡਾ ਦੇ SSP ਅਜੇ ਮਲੂਜਾ ਅਤੇ SHO ਸਿਵਲ ਲਾਈਨ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ SSP ਨੇ ਕਿਹਾ ਕਿ ਅੱਗੇ ਤੋਂ ਇਹਨਾਂ ਲੋਕਾਂ ਦੀ ਨਕੇਲ ਪਾਈ ਜਾਵੇਗੀ। ਬਠਿੰਡਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਅਤੇ ਨਸ਼ੇ ਦੀਆਂ ਵਾਰਦਾਤਾਂ ਦੇ ਉੱਤੇ ਨਕੇਲ ਕਸੀ ਜਾਵੇਗੀ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਪਹਿਲ ਦਿੱਤੀ ਜਾਵੇਗੀ। ਇਹਨਾਂ ਵਾਰਦਾਤਾਂ ਦੇ ਵਿਅਕਤੀਆਂ ਨੂੰ ਪਹਿਲ ਦੇ ਆਧਾਰ 'ਤੇ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਜਾਵੇਗਾ, ਤਾਂ ਜੋ ਇਸ ਤਰ੍ਹਾਂ ਦੀਆਂ ਵਾਰਦਾਤਾਂ ਬਠਿੰਡਾ ਸ਼ਹਿਰ ਦੇ ਅੰਦਰ ਨਾ ਹੋ ਸਕਣ। ਤੁਸੀਂ ਦੇਖ ਰਹੇ ਹੋ ਬਠਿੰਡਾ ਦੇ SSP ਪੱਤਰਕਾਰਾਂ ਦੇ ਨਾਲ ਮੌਕੇ 'ਤੇ ਗੱਲਬਾਤ ਕਰਦੇ ਨੇ, ਪੱਤਰਕਾਰਾਂ ਨੂੰ ਜਾਣਕਾਰੀ ਦੇ ਰਹੇ ਨੇ ਕਿ ਇਹਨਾਂ ਵੱਲੋਂ 36 ਮੋਟਰਸਾਈਕਲ ਸਿਵਲ ਲਾਈਨ ਥਾਣੇ ਦੇ ਏਰੀਏ ਦੇ ਵਿੱਚੋਂ ਅਤੇ 2 ਐਕਟਿਵਾ ਫੜ ਕੇ 3 ਵਿਅਕਤੀਆਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਗਿਆ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਸਿਵਲ ਲਾਈਨ ਥਾਣੇ ਦੀਆਂ, ਜਿੱਥੇ SSP ਵੱਲੋਂ ਇਹ ਇੱਕ ਵੱਡਾ ਮਾਰਕਾ ਮਾਰਿਆ ਗਿਆ ਹੈ। ਬਠਿੰਡਾ ਪੁਲਿਸ ਵੱਲੋਂ ਸਿਵਲ ਲਾਈਨ ਥਾਣੇ ਵੱਲੋਂ ਇਹ ਉਹ ਵਿਅਕਤੀ ਨੇ ਜਿਨ੍ਹਾਂ ਵਿਅਕਤੀਆਂ ਕੋਲੋਂ ਇਹ 36 ਮੋਟਰਸਾਈਕਲ ਅਤੇ 2 ਐਕਟਿਵਾ ਫੜੀਆਂ ਗਈਆਂ ਹਨ। ਇਹ ਤਸਵੀਰਾਂ ਬਠਿੰਡਾ ਦੇ ਸਿਵਲ ਲਾਈਨ ਥਾਣੇ ਦੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ 3 ਵਿਅਕਤੀ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਹਨ। ਇਹ ਸਾਡੇ ਇੱਥੇ ਸਿਵਲ ਲਾਈਨ ਦੇ ਏਰੀਏ ਦੇ ਵਿੱਚ SHO ਸਿਵਲ ਲਾਈਨ ਹੈਗੇ ਆ ਰਵਿੰਦਰ ਸਿੰਘ, ਅਤੇ ਸਾਰਾ SPCT ਸਾਹਿਬ, DSP City 2 ਇਹਨਾਂ ਦੀ ਜੇਰ ਨਿਗਰਾਨੀ। ਇਹਨਾਂ ਕੋਲ ਇੱਕ ਇਤਲਾਹ ਆਈ ਸੀ ਵੀ ਕੋਈ ਮੋਟਰਸਾਈਕਲ ਚੋਰੀ ਕਰਕੇ ਅਤੇ ਵੇਚਦੇ ਹੈਗਾ, ਅਤੇ ਇਹਨਾਂ ਨੇ ਇਮੀਡੀਏਟਲੀ 2 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੀ ਪੁੱਛਗਿੱਛ 'ਤੇ ਇੱਕ ਬੰਦੇ ਨੂੰ ਹੋਰ ਗ੍ਰਿਫਤਾਰ ਕੀਤਾ। ਕੁੱਲ ਇਹ 3 ਬੰਦੇ ਆ ਜਿਹੜੇ ਕਿ ਇਹ ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਇਹ ਦੋਵੇਂ ਹੈ ਗੁਰੂ ਹਰ ਸਾਹਿਬ ਦੇ, ਇੱਕ ਸੰਦੀਪ ਸਿੰਘ ਹੈ ਇਹ ਵੀ ਜਲਾਲਾਬਾਦ ਦਾ, ਤਿੰਨੇ ਹੀ ਫਿਰੋਜ਼ਪੁਰ ਏਰੀਏ ਦੇ ਆ, ਬਾਅਦ 'ਚ ਇਹ ਵੀ ਫਿਰੋਜ਼ਪੁਰ ਆ ਗਿਆ। ਇਹ ਕੁੱਲ 3 ਬੰਦੇ ਹੈ, 3 ਫਿਰੋਜ਼ਪੁਰ ਜ਼ਿਲ੍ਹੇ ਦੇ। ਇਹਨਾਂ ਤੋਂ ਕੁੱਲ 36 ਜਿਹੜੇ 2 ਵੀਲਰ ਬਰਾਮਦ ਕੀਤੇ ਆ। ਇਸ ਲਈ ਇਹ ਸਾਡੇ ਜ਼ਿਲ੍ਹਾ ਬਠਿੰਡਾ ਦੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਕਿ ਇੰਨੀ ਤਾਦਾਦ ਦੇ ਵਿੱਚ ਮੋਟਰਸਾਈਕਲ ਬਰਾਮਦ ਕੀਤੇ ਗਏ ਆ। ਅਤੇ ਬਾਕੀ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਉਹਦੇ ਬਾਰੇ ਵੀ ਅਸੀਂ ਸਾਰਾ ਘੋਖ ਕਰਾਂਗੇ, ਬਾਕੀ ਇਹਦੀ ਅਸੀਂ ਸ਼ਨਾਖਤ ਕਰਾਵਾਂਗੇ ਵੀ ਕਿੰਨਾ ਮੋਟਰਸਾਈਕਲ ਹੈ, ਕੀ ਹੈ। ਇਸ ਲਈ ਇੱਕ ਇਹ ਬਹੁਤ ਵੱਡਾ ਗੈਂਗ ਫੜਿਆ ਗਿਆ ਅਤੇ ਇਹਨਾਂ ਦੀ ਪੁੱਛਗਿੱਛ ਹਲ ਤੱਕ ਜਾਰੀ ਹੈ, ਅਤੇ ਹੋ ਸਕਦਾ ਵੀ ਹੋਰ ਵੀ ਬੜੀਆਂ ਰਿਕਵਰੀਆਂ ਹੋਣ। ਇਹ ਜਿਹੜੇ ਹੁੰਦੇ ਨਾ ਜਿਵੇਂ ਚੋਰ ਹੁੰਦੇ ਆ ਉਹ ਸਸਤੇ 'ਚ ਹੀ ਵੇਚ ਦਿੰਦੇ ਆ, ਜੇ 50,000 ਦੀ ਚੀਜ਼ ਆਉਣਾ 10-20,000 'ਚ ਵੇਚ ਦੇਣੀ ਹੈ। ਕਈ ਵਾਰੀ ਪਾਰਟਸ ਕਰਕੇ ਵੇਚ ਦਿੰਦੇ ਆ ਜਿਹੜੇ ਹੈਗੇ ਆ ਬੰਦੇ। ਇਹਨਾਂ 'ਤੇ ਚੋਰੀ ਦੇ ਮੁਕੱਦਮੇ, ਜਿਹੜਾ ਅਵਤਾਰ ਸਿੰਘ ਦੋਸ਼ੀ ਹੈ ਇਹਦੇ 'ਤੇ 7 ਮੁਕੱਦਮੇ ਜ਼ਿਆਦਾਤਰ ਚੋਰੀ ਦੇ ਆ, ਸਾਰੀ ਚੋਰੀ ਦੇ ਆ। ਗੁਰਪ੍ਰੀਤ ਸਿੰਘ ਜਿਹੜਾ 3 ਮੁਕੱਦਮੇ ਚੋਰੀ ਦੇ ਆਉਂਦੇ 'ਤੇ, ਮਤਲਬ ਇਹਨਾਂ ਦੇ 10 ਮੁਕੱਦਮੇ ਦੋਵਾਂ 'ਤੇ ਚੋਰੀ ਦੇ। ਨਹੀਂ, ਉਹ ਸਾਰੀ ਤਸਦੀਕ ਅਸੀਂ ਕਰ ਰਹੇ ਹਾਂ, ਕੋਈ ਨਹੀਂ। SHO ਸਾਹਿਬ ਨੇ ਰਿਮਾਂਡ ਵੀ ਲਿਆ ਉਹਨਾਂ ਦਾ, ਉਹ ਸਾਰਾ ਵੈਰੀਫਾਈ ਕਰ ਰਿਹਾ ਸੀ। ਇਹ ਅਲੱਗ ਅਲੱਗ ਨਹੀਂ, ਇਹ ਥੋੜ੍ਹਾ ਵੈਰੀਫਿਕੇਸ਼ਨ ਕਰਨੀ ਪਊਗੀ। ਅਸੀਂ ਬਰਾਮਦ ਕਰ ਲਏ ਆ, ਉਹ ਸਾਰਾ ਤੁਹਾਨੂੰ ਦੱਸਾਂਗੇ। ਜ਼ਿਆਦਾਤਰ ਮੋਸਟਲੀ ਬਠਿੰਡੇ ਜ਼ਿਲ੍ਹੇ ਦੇ ਹੈ। ਹੈ ਕੋਈ ਸਟੂਡੈਂਟ? ਹੈ, ਮਿਹਨਤ ਮਜ਼ਦੂਰੀ ਵਾਲੇ ਬੰਦੇ ਸਰ। ਕੋਈ ਨਹੀਂ, ਹੁਣ ਆਪਾਂ, ਮੈਂ ਹੁਣ ਚਾਰਜ ਲਿਆ, ਇਹ ਤੁਹਾਨੂੰ ਅਸੀਂ ਲਾਂਭਾੜੀਆਂ ਦੇਵਾਂਗੇ। ਸਾਡੀ ਪੂਰੀ ਕੋਸ਼ਿਸ਼ ਹੋਊਗੀ ਵੀ ਹਰ ਚੀਜ਼ ਰਿਕਵਰ ਹੋਵੇ, ਛੋਟੀ ਛੋਟੀ ਚੀਜ਼ ਰਿਕਵਰ ਹੋਵੇ। ਜ਼ਿਆਦਾਤਰ ਕੇਸਿਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਸ ਤਰ੍ਹਾਂ ਚੋਰ ਫੜ ਲਏ ਉਹਨਾਂ ਤੋਂ ਬਰਾਮਦਗੀ ਵੀ ਹੋ ਗਈ,
चकन वाले है ते एक जिहड़ा हैगा ओह गां वेचदा सी उहनां नूं चोरां तों रिसीव करके गां वेचदा सी रखना ही नहीं मोटर है चोर की ओरिजिनल नंबर लाओगे तो फड़िया जाऊगा नाल दी नाल फड़िया जाऊगा उनका इंजन नंबर भी 86 नंबर भी सारा ना आरसी वो करते हैं असं तफ्तीश का मैटर है हाल तक थोड़े दिन इन्होंने रिमांड पर लिया हाल तक तो पहला सा रिकवरी से स्ट्रैस है उस बाद इन्होंने अगह की किया जाली डॉक्यूमेंट बनाया की बनाया वो असी देख रहे हैं मैं पूरी नत्थ पाऊंगा तुहानू पता ही है मैं इत्थे इंटेलीजेंस दे विच हुंदे वी असी बड़ी वड्डी मकदार दे विच रिकवरी कीती है उदां ही असी हुण करांगे क्योंकि हुण तां मेरे कोल स्टाफ बहुत है इंटेलीजेंस दा चलो स्टाफ ही लिमिटेड सी हूँ ये सारे क्योंकि हूँ तो अज का दिन तो मेरा वेलकम ही है तुम समझ लो ठीक है बाकी जो डिटेल है हैं क्राइम बारे या होर आप करा बह के करा एक सर सोशल नैटवर्क से भी क्राइम बहुत ज़्यादा बढ़ रहा है इटालियंस तो आए उ सुने होगा बहुत बड़ा सेक्स ग्रोथ चल रहा है इसे मैं चेक कर लेना चेक कर लेना मैं थानू एश्योरेंस दे रहा भी थानू किसी भी लैवल से मैं अनसैटिस्फाई नहीं छड़ूंगा होर दसो मेरी कोशिश ये होगी जो पुलिस के करने वाले काम है जो साड़िया ड्यूटी है चार्टर ऑफ ड्यूटी है उनका मैं पूरा जस्टिफिकेशन दूंगा मैं यही कहना चाहना असी जनरल लॉ एंड ऑर्डर लोगों की जान माल की हिफाजत ट्रैफिक अरेंजमेंट उस अलावा होर भी जो कोई मैं करने वाला मेरा काम है कोई कैंप लाना है नशे का कैंप लाना है होर लाना वो भी करूँगा मैं पुलिस का तो रूटीन काम तो मैं करना ही करना है उस अलावा मैं जो किसी की सोशल लैवल पर भी हेल्प कर सकता मैं वो भी जे तुम चाहते हो कि हर तरह की खबर तक पहुँचे तो मेरे चैनल सबसक्राइब करो और घंटी ऑल ते करो।